ਗੁਰਦਾਸਪੁਰ ਦੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਡੋਗਰ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਦੀ ਲਾਸ਼ ਨੂੰ ਕਬਰ ਚੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਸੋਨੂ ਮਸੀਹ ਨਾਮ ਦੇ ਵਿਅਕਤੀ ਦੀ 10 ਅਪ੍ਰੈਲ 2017 ਨੂੰ ਮੌਤ ਹੋ ਗਈ ਸੀ। ਮ੍ਰਿਤਕ ਦੇ ਪਰਿਵਾਰ ਵੱਲੋਂ ਸੋਨੂ ਦੀ ਮੌਤ ਨੂੰ ਕੁਦਰਤੀ ਮੰਨ ਕੇ ਉਸ ਦੀ ਲਾਸ਼ ਨੂੰ ਦਫਨਾ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਪਰਿਵਾਰ ਨੂੰ ਸੋਨੂ ਦੇ ਕਤਲ ਹੋਣ ਸੰਬੰਧੀ ਸ਼ੱਕ ਜ਼ਾਹਿਰ ਹੋਇਆ, ਜਿਸ ਤੋਂ ਬਾਅਦ ਉਹਨਾਂ ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ ਨੇ ਨਾਇਬ ਤਹਿਸੀਲਦਾਰ ਅਤੇ ਡਾਕਟਰਾਂ ਦੀ ਟੀਮ ਦੀ ਹਾਜ਼ਰੀ ਵਿੱਚ ਲਾਸ਼ ਨੂੰ ਕਬਰ ਚੋਂ ਕਢਵਾ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਉਹਦੇ ਘਰ ਦੀ ਵੀ ਇਹਨਾਂ ਨੇ ਸ਼ੱਕ ਜ਼ਾਹਰ ਕੀਤਾ ਵੀ ਮੇਰੇ ਮਰਦ ਦੀ ਜਿਹੜੀ ਹੈ ਜਿਹੜੀ ਮੌਤ ਹੈ ਕੁਦਰਤੀ ਨਹੀਂ ਹੈ, ਕਿਸੇ ਉਹਨਾਂ ਨੂੰ ਕੋਈ ਸੱਟ ਲੱਗੀ ਸੀ ਜਾਂ ਕੁਛ, ਉਸ 'ਤੇ ਸ਼ੱਕ ਜ਼ਾਹਰ ਕੀਤਾ। ਅਤੇ ਜਿਹੜੀ ਉਹਨਾਂ ਨੇ ਉਸ ਮਿਤੀ 10 ਤਰੀਕ ਨੂੰ ਉਹਦੀ ਡੈੱਡ ਬੋਡੀ ਜਿਹੜੀ ਦਫਨਾਤੀ ਸੀ, ਅਤੇ ਉਹ ਹੁਣ ਅੱਜ DC ਸਾਹਿਬ ਦੇ ਹੁਕਮ ਲੈ ਕੇ ਅਤੇ ਡਿਊਟੀ ਆਪਣੇ ਜਿਹੜੇ ਐਗਜੈਕਟਿਵ ਮਜਿਸਟਰੇਟ ਦੀ ਹਾਜ਼ਰੀ 'ਚ, ਬੋਰਡ ਆਫ ਡਾਕਟਰਸ ਦੀ ਹਾਜ਼ਰੀ 'ਚ ਜਿਹੜੀ ਲਾਸ਼ ਪਟਾਈ ਹੈ, ਅਤੇ 174 ਦੀ ਕਾਰਵਾਈ ਕਰ ਰਹੇ ਹਾਂ। ਜੈਸੀ ਸੂਰਤ ਅੱਗੇ ਬਣੇਗੀ ਉਸ ਹਿਸਾਬ ਨਾਲ ਕਾਰਵਾਈ ਕੀਤੀ।